अष्टपदी साध के संग मुख उज्जल होत साध संगी मल सगली खोत साध के संगी संगनी है कगे नुसारी है साध कै संगी मुख उज्जल होत मुख उज्जल होत जे मन साजबे अपना जेड़ा बुद्धि दा नाल दा मन है संगी है नौदा जे साजबे है आ जड़े औगणा वाल नूं जाणते हट जवे वकारां दा खेड़ा छड़ दवे लोग जिहनूं देखो सदिया की है जिहड़ी चीज नूं असीं बुरा कहने आ ओह तों पना बचाओ उहदे नाल नेड़ता ना रखो जे लोभ बुरा है तो उहदे दूर रहो अंदर नहीं रखना चाहीदा जे क्रोध बुरा है तां अंदर नहीं बढ़ना चाहीदा अपने तों इवें जे मोह बुरा है तां हिरदे नहीं जगह चाहीदी उहदे वास्ते जे मन सदिया होया ता ही ये पॉसिबल है भी अंदर दोबारा मोह ना आवे नहीं तो फेल है वो तो जे मन मोह दा ही त्याग कर दे ता पॉसिबल है जे मन मोह दा क्रोध दा लोभ दा त्याग नहीं ना करता फिर पॉसिबल नहीं है हिरदा शुद्ध हो जाए इस करके साधना दे मनू पे आ हिरदा नहीं शुद्ध करना मन साधना आहो जे हिरदा शुद्ध करी जाऊंगे एक पास तो चार न्याणे लिया के रेता पा इतने अपने को मतलब है कुछ काला कर रहे ने कन्ना तू कला मटे रहे हैं साफ कर रहे हैं चार बंदे तक होले कोई बुरछ नहीं फरदा कोई खराब करने वाले ने हिरदे अशुद्ध करने वाले ने कला साफ करने वाला कला कि साफ करूंगा अगेर हट जूगा ਮੰਨਣਾ ਹੀ ਨਹੀਂ ਲੋਕ ਛੱਡ ਜਾਂਦੇ ਨੇ ਭਾਈ ਇਹ ਨਹੀਂ ਬੰਦਾ ਹਥਿਆਰ ਛੱਡ ਜਾਂਦੇ ਨੇ ਮੰਨਦੇ ਸਾਹਮਣੇ ਲੋਕ ਹਥਿਆਰ ਛੱਟੇ ਨੇ ਲੋਕਾਂ ਦੇ ਸਾਰਿਆਂ ਦੇ ਜਿਹੜੇ ਬੜੇ ਬੜੇ ਸੰਤ ਨੇ ਚਾਲੇ ਤੇ ਹਰ ਮਿਲਣ ਕੋ ਨੀਚੇ ਅੜ ਗਿਆ ਜੀ ਹਥਿਆਰ ਛੱਡ ਕੇ ਬਹਿ ਗਏ ਵੀ ਨਹੀਂ ਬਹਿ ਦਾ ਕੰਮ ਤਾਲਾ ਖੁੱਲਦਾ ਹੀ ਨਹੀਂ ਹੈ ਤਾਲਾ ਜਿਹੜਾ ਲੱਗਿਆ ਹੋਇਆ ਤਾਲਾ ਹੀ ਨਹੀਂ ਖੁੱਲਦਾ ਪਹਿਲਾਂ ਤਾਂ ਚਾਬੀ ਵਾਲੀ ਜਗ੍ਹਾ ਦਾ ਹੀ ਨਹੀਂ ਪਤਾ ਕਿੱਧਰ ਲੱਗਦੀ ਇਹਦੇ ਚਾਬੀ ਦਾ ਹੀ ਨਹੀਂ ਪਤਾ ਕਿਹੋ ਜਿਹੀ ਹੈ ਗਿਆਨ ਦੀ ਚਾਬੀ ਲੱਗਦੀ ਹੈ ਤਾਲੇ ਦਾ ਮੂੰਹ ਕਦੇ ਬਣਿਆ ਹੋਇਆ ਹੈ ਨਹੀਂ ਇਹਦਾ ਪੱਥਰ ਦਾ ਹੀ ਤਾਲਾ ਹੈ ਲੋਹੇ ਦਾ ਇਹਦਾ ਨਹੀਂ ਹਾਂਜੀ ਸਾਧਕੇ ਸੰਗੀ ਉਹ ਬੱਜਰ ਕਪਾਟ ਤਾਂ ਹੀ ਕਹਿੰਦੇ ਨੇ ਬੱਜਰ ਕਪਾਟ ਇਹ ਬੱਜਰ ਪੱਥਰ ਦਾ ਕਹਿੰਦੇ ਨੇ ਬੱਜਰ ਹੁੰਦਾ ਜਿਹੜਾ ਜਰਾ ਰੋਗ ਤੋਂ ਪਰੇ ਹੋਵੇ ਹਾਂਜੀ ਸਾਧ ਸੰਗੀ ਮਲਕ ਸਗਲੀ ਖੋਤ ਜਿਹੜਾ ਸਾਧ ਸੰਗੀ ਜਿਹਨੇ ਸੰਗੀ ਸਾਧ ਲਿਆ ਉਹਨੇ ਮਲ ਖੋਈ ਆ ਸਾਰੀ ਅੰਦਰਲੀ ਅੰਦਰਲੀ ਮਲ ਖੋਈ ਉਹ ਨਹੀਂ ਜਾਂਦੀ ਨਹੀਂ ਉਹਦੇ ਕੋਲ ਡਿਮਾਂਡ ਹੈ ਅੰਦਰ ਉਹਦੇ ਕੋਲ ਇੱਛਾ ਵੀ ਲਿਆ ਆ ਵੀ ਲਿਆ ਉਹ ਵੀ ਲਿਆ ਉਹ ਵੀ ਲਿਆ ਉਹ ਵੀ ਲਿਆ ਸਾਧ ਉਹਦੇ ਕਿਰਿਆ ਲੈ ਕੇ ਚੱਲੀਆਂ ਮਲ ਖਾਦੇ ਸਿੱਧੀ ਹੋਏ ਸਾਧ ਜਨਾ ਲੱਗਿਆ ਹੈ ਨਾਲ ਬਹੁਵਚਨ ਹੈ ਉਹ ਬਹੁਵਚਨ ਸਾਧ ਜਨਾ ਕੀ ਲੱਗਿਆ ਆਚਾਰਜ ਕਥਾ ਸਾਧ ਜਨਾ ਦੀ ਕਥਨ ਕੀਤੀ ਹੋਈ ਹੈ ਸਾਧ ਉਹਨੂੰ ਕਹਿੰਦਾ ਜਿਹਨੇ ਮਨ ਸਾਧ ਲਿਆ ਉਹ ਸਾਧ ਹੈ ਜਿਹਨੇ ਮਨ ਸਾਧ ਲਿਆ ਉਹੀ ਤਾਂ ਸਾਧ ਹੈ ਉਹਨੇ ਇਹੀ ਦੱਸਿਆ ਮੈਂ ਮਨ ਕਿਵੇਂ ਸਾਧਿਆ ਆਹੀ ਕਥਨ ਕੀਤੀ ਉਹਨੇ ਹੋਰ ਉਹਨੇ ਕੀ ਕੀਤਾ ਮੇਰੀ ਬਿਮਾਰੀ ਕਿਵੇਂ ਗਈ ਆਹੀ ਆਤਮ ਕਥਾ ਹੀ ਕੀਤੀ ਔਰ ਕੁਛ ਨਹੀਂ ਕੀਤਾ ਆਤਮ ਕਥਾ ਚ ਆਤਮ ਗਿਆਨ ਹੁੰਦਾ ਆਤਮ ਕਥਾ ਚ ਆਤਮ ਗਿਆਨ ਹੋਊਗਾ ਆਤਮ ਕਥਾ ਉਹਦੀ ਆਪਣੀ ਪ੍ਰੈਜੈਂਟ ਦੀ ਹਿਸਟਰੀ ਵੀ ਵਿੱਚ ਹੈ ਉਹਦੇ ਪਿੱਛੋਂ ਬੋਲੇ ਜੋ ਭੇਖੇ ਅੰਖੀ ਉਸ ਵੇਲੇ ਜੋ ਦੇਖ ਰਹੇ ਨੇ ਕਹਿ ਰਹੇ ਨੇ ਜੋ ਦੇਖ ਰਹੇ ਨੇ ਉਹੀ ਉਸ ਵੇਲੇ ਦਾ ਇਤਿਹਾਸ ਹੈ ਉਸ ਵੇਲੇ ਦੇਖ ਕੇ ਕਹਿ ਰਹੇ ਨੇ ਉਹੀ ਤਾਂ ਉਸ ਵੇਲੇ ਦਾ ਇਤਿਹਾਸ ਹੈ ਹਾਂਜੀ ਸਾਧ ਕੇ ਜਿਹੜਾ ਆਪਾਂ ਪੌਦੇ ਉਹਨੂੰ ਕਹੀ ਹੋਊਗੀ ਕਿਉਂਕਿ ਜੋ ਦੇਖ ਰਹੇ ਨੇ ਉਹ ਉਹਦੇ ਵੱਲ ਇਸ਼ਾਰਾ ਹੈ ਉਸ ਵੇਲੇ ਤਾਂ ਫਿਰ ਇਹ ਲੋਕ ਦੇ ਜਿਹੜੇ ਜਿਹਨਾਂ ਨੂੰ ਦੇਖ ਰਹੇ ਆਊਗਾ ਅੱਗੇ ਹਾਂ ਸਾਧ ਕੇ ਸੰਗੀ ਮਿਟੇ ਅਭਿਮਾਨ ਸਾਧ ਕੇ ਸੰਗੀ ਜੇ ਮਨ ਨੂੰ ਸਾਧ ਲਈਏ ਤਾਂ ਅਹੰਕਾਰ ਮਿਟਦਾ ਨਹੀਂ ਅਹੰਕਾਰ ਨਹੀਂ ਮਿਟਦਾ ਅਹੰਕਾਰ ਅਭਿਮਾਨ ਤਾਂ ਮਿਟਦਾ
ਮਨ ਸਾਧਿਆ ਜਾਵੇ ਤਾਂ ਕਾਰਨ ਕਿਵੇਂ ਬਿੜਦਾ। ਦੇਖੋ ਪਿੱਛੇ ਪਤਾ ਕੀ ਆਇਆ ਸੀ, ਪਿੱਛੇ ਆਇਆ ਸੀ ਕਾਮ ਕ੍ਰੋਧ ਔਰ ਲੋਭੋ ਫਿਰ ਜਾਇਆ ਹਮੇਵ ਅਮੇਵ ਹੰਕਾਰ ਦਾ ਪਿੱਛੇ ਹੈ। ਜੇ ਮਨ ਸਾਧੇ ਚਾਰ ਮਿੰਟ ਜਾਣ ਤਾਂ ਉਹ ਮਿਟਦਾ ਪੰਜਵਾਂ, ਆਹ ਇਹਦਾ ਮਤਲਬ ਉਹੀ ਗੱਲ ਆ ਜਿਹੜੀ ਉੱਥੇ ਹੋਈ ਸੀ, ਫਰਕ ਨਹੀਂ ਨਾ। ਤੁਹਾਨੂੰ ਔਖਾ ਥੋੜ੍ਹਾ ਜਿਹਾ ਮਿਲਾਉਣਾ ਪਊਗਾ। ਹੁਣ ਉਦੋਂ ਕੀ ਆਇਆ ਸੀ, ਚਾਰ ਆਏ ਸੀ ਨਾ ਅੱਡ ਕੀਤੇ, ਹੰਕਾਰ ਉਹਨੇ ਤਾਂ ਛੱਡਣੀ ਹੈ ਜਦ ਮਨ ਹਥਿਆਰ ਛੱਡੂਗਾ। ਜਿੰਨਾ ਚਿਰ ਮਨ ਹਥਿਆਰ ਨਹੀਂ ਛੱਡਦਾ ਹਾਂ ਉਹ ਨਹੀਂ ਛੱਡਦਾ, ਪਹਿਲਾਂ ਮਨ ਨੇ ਮੰਨਣਾ। ਆ ਗੱਲ ਹੈ ਇੱਥੇ ਉਹਨੇ ਛੱਡੀਆਂ, ਹੋ ਇਹ ਕਿੱਥੇ ਆ, ਇਹ ਤਾਂ ਮੈਂ ਹੈ, ਇਹ ਤਾਂ ਮੈਂ ਹੈ, ਮੈਂ ਨੀ ਮਨ, ਮੈਂ ਨਾ ਮੰਨੂ। ਜੇ ਉਹ ਕਹਿੰਦਾ ਆਹ ਗੱਲ ਹੈ ਮੈਂ ਨਾ ਮੰਨੂ, ਆ ਇਹਦੇ ਚ ਤਾਂ ਜਿਹੜੀ ਚੀਜ਼ ਬਾਅਦ ਚ ਪੈਦਾ ਹੋਈ ਉਹੀ ਪਹਿਲਾਂ ਮੰਨੂ, ਉਹੀ ਪਹਿਲਾਂ ਮੰਨੂ। ਜੋ ਉਪਜੋ ਸੋ ਪਿੰਸ ਹੈ, ਜੋ ਪੈਦਾ ਇਹ ਤਾਂ ਪਹਿਲਾਂ ਹੀ ਨਹੀਂ ਹੋਇਆ ਕਦੇ, ਉਹ ਤਾਂ ਪੈਦਾ ਹੀ ਨਹੀਂ ਹੋਇਆ ਕਦੇ, ਪੈਦਾ ਤਾਂ ਇਹੀ ਹੁੰਦਾ। ਇੱਕ ਰੂਪ ਰੂਪ ਹੈ, ਮੇਰਾ ਜਨਮ ਕੁੱਟ ਲਿੰਦਾ ਨਾ, ਮੇਰਾ ਕਰਮ ਕੁੱਟ ਲਿੰਦਾ ਜਨਮ ਕੁਪਾਤੀ, ਇਹ ਕੁਪਾਤੀ ਜਨਮ ਵਾਲਾ ਤਾਂ ਨੇ ਚਾਰੇ ਚ ਕਰਮ ਕੁੱਟ ਲਿੰਦਾ ਵਾਲਾ, ਕਰਮ ਕੁੱਟ ਲਿੰਦਾ ਚਾਰੇ ਐਬ ਕੁੱਟ ਲਿੰਦਾ ਹੀ ਹੈ, ਇਹੀ ਕੁੱਟ ਲਿੰਦਾ ਚਾਰੇ ਐਬ। ਆਪਾਂ ਕਹਿੰਦੇ ਤਾਂ ਐਬੀ ਹੈ, ਆ ਜਿਹੜੇ ਐਬ ਕਰਨ ਵਾਲੇ ਬੰਦੇ ਨੇ, ਆਪਾਂ ਜਿਹੜਾ ਐਬੀ ਹੋਵੇ, ਐਬ ਤਾਂ ਇੱਕੋ ਬਹੁਤ ਹੈ, ਤਾਂ ਚਾਰ ਨੇ ਇਕੱਠੇ ਹੀ ਸਾਧਕੇ ਸੰਗੀ ਪ੍ਰਗਟੇ ਸੂ ਗਿਆਨ। ਸਾਧਕੇ ਸੰਗੀ ਜਿੱਦਣ ਮਨ ਸਧ ਗਿਆ ਉਦੋਂ ਅੰਦਰੋਂ ਗਿਆਨ ਪ੍ਰਗਟ ਹੋ ਜਾਣਾ, ਅੰਦਰੋਂ ਗਿਆਨ ਸ੍ਰੇਸ਼ਟ ਗਿਆਨ ਉਦੋਂ ਉਹ ਪ੍ਰਗਟ ਹੁੰਦਾ। ਪ੍ਰਗਟ ਕਿਉਂ ਨਹੀਂ ਹੁੰਦਾ, ਪ੍ਰਗਟ ਤਾਂ ਹੁਣ ਵੀ ਹੈ, ਅੰਮ੍ਰਿਤ ਤਾਂ ਹੁਣ ਵੀ ਵਰਸਦਾ, ਪਰ ਬੁੱਝੇ ਬੁੱਝਣ ਹਾਰ, ਉਹ ਆਵਾਜ਼ ਤਾਂ ਹੁਣ ਵੀ ਆਉਂਦੀ ਹੈ, ਪਰ ਆਵਾਜ਼ ਉਹ ਇੰਨੀ ਹਲਕੀ ਹੈ, ਸੱਤਵੇਂ ਪਤਾਲ ਦੀ ਆਵਾਜ਼ ਹੈ, ਸ਼ੋਰ ਬਹੁਤ ਹੁੰਦਾ। ਘੜੀ ਦੀ ਟਿਕਟ ਰਾਤ ਨੂੰ ਸੁਣ ਜਾਂਦੀ, ਇਹਦੇ ਨੂੰ ਨਹੀਂ ਸੁਣਦੀ, ਕਿਉਂ ਬਾਈ ਸ਼ੋਰ ਹੈ ਬਾਹਰ, ਉਹ ਰਾਜਮਾਲ ਮਨ ਸ਼ੋਰ ਹੈ ਨਾ ਜਿਹੜਾ ਮਨ ਦਾ ਪਾਇਆ ਹੋਇਆ, ਉਹਦੇ ਕਰਕੇ ਉਹ ਸੁਣਦੀ ਨਹੀਂ ਅੰਦਰ ਦੀ ਆਵਾਜ਼। ਨਾ ਤਾਂ ਧਿਆਨ ਹੈ, ਧਿਆਨ ਤਾਂ ਕੰਨਾਂ ਜਾਂ ਵੀ ਬਾਹਰੋਂ ਕੌਣ ਸੁਣਦਾ, ਕੌਣ ਬੋਲਦਾ, ਕੀ ਕਰਦਾ, ਉਧਰ ਨੂੰ ਸੁਣਦਾ ਹੀ ਨਹੀਂ, ਉਹਦਾ ਧਿਆਨ ਹੀ ਨਹੀਂ ਹੈ। ਸਾਧਕੇ ਸੰਗੀ ਬੁੱਝੇ ਸਭ ਨੇੜਾ, ਪ੍ਰਭ ਮਨ ਸਾਜੂਗਾ ਫਿਰ ਸਭ ਨੇੜੇ ਹੀ ਹੈ, ਕੋਈ ਬਗਾਨਾ ਨਹੀਂ ਫਿਰ ਹੈਗਾ, ਸਭ ਨਾਲੇ ਨੇੜਤਾ ਫਿਰ। ਸਾਧਕੇ ਸੰਗੀ ਬੁੱਝੇ ਪ੍ਰਭ ਨੇੜਾ, ਉਹ ਪ੍ਰਭ ਜੇ ਪ੍ਰਭ ਨੇੜੇ ਹੈ, ਉਹ ਜਿਹੜਾ ਅੰਦਰ ਹੈ, ਅੰਦਰ ਵਾਲਾ ਜਿਹੜਾ ਪ੍ਰਭ ਆਪ ਨੂੰ ਬੁੱਝ ਲੈਂਦਾ ਨੇੜੇ ਵਾਲੇ ਨੂੰ, ਜਿਹੜਾ ਸਰਵਿਆਪੀ ਆਪਾਂ ਕਹਿੰਦੇ ਹਰ ਜਗ੍ਹਾ ਹੈ। ਉੱਥੇ ਤੁਹਾਡੇ ਆਉਣ ਤੋਂ ਪਹਿਲਾਂ ਚੱਲਦੀ ਸੀ ਨਾ ਗੱਲ, ਵੀ ਸਵਾਲ ਕੀਤਾ ਕਿਸੇ ਨੇ ਵੀ ਰੱਬ ਕਿੱਥੇ ਹੈ, ਕਹਿੰਦਾ ਤਾਂ ਸਵਾਲ ਹੈ ਗਲਤ ਤੇਰਾ, ਕਹਿੰਦਾ ਕਿਉਂ, ਕਹਿੰਦਾ ਤੂੰ ਦੱਸ ਕਿੱਥੇ ਹੈ ਨੀ, ਫਿਰ ਮੈਂ ਤੈਨੂੰ ਦੱਸੂ ਇਹ ਤੇ ਹੈ ਕਿ ਨਹੀਂ ਹੈ, ਤੂੰ ਦੱਸ ਕਿੱਥੇ ਹੈ ਨੀ। ਦੁਨੀਆਂ ਮੰਨਦੀ ਹੈ ਸਰ ਪਿਆ ਹਰ ਜਗ੍ਹਾ, ਉਹ ਤੂੰ ਤਾਂ ਚੱਲ ਕਣ ਕਣ ਚ ਵੀ ਕਹਿ ਜਾਂਦੇ ਭਗਵਾਨ ਹੈ, ਤੂੰ ਤਾਂ ਹੋਰ ਫਸ ਗਏ ਗੱਲ ਕਹਿ ਕੇ, ਹੋਰ ਫਸ ਗਏ ਗੱਲ ਕਹਿ ਕੇ, ਕਣ ਕਣ ਚ ਹੈ ਸਬੂਤ, ਮਤਲਬ ਹਰ ਜਗ੍ਹਾ ਹੈ, ਅਸੀਂ ਤਾਂ ਘੱਟ ਚਲੋ ਤਾਂ ਕਣ ਕਣ ਚ ਹੋਰ ਵੀ ਕਹਿੰਦੇ ਨੇ ਜ਼ਿਆਦਾ ਸਾਡੇ ਲੋਕ, ਉਹ ਕਿਵੇਂ ਕਹਿ ਦੇਣਗੇ, ਉਹ ਹੁਣ ਕਣ ਕਣ ਚ ਜਿਹੜਾ ਹੁਣ ਪਤਾ ਲੱਗਿਆ ਕੀ ਹੈ, ਜਾਂ ਮਨ ਸਾਧਿਆ ਗਿਆ, ਲੋਭ ਛੱਡਤਾ, ਮੋਹ ਛੱਡਤਾ, ਇਹਨੇ ਕ੍ਰੋਧ ਛੱਡਤਾ, ਉਹ ਫੇਰ ਕਹਿੰਦੇ ਪਤਾ ਲੱਗੂਗਾ, ਉਹਦਾ ਬੁੱਝਿਆ ਜ਼ਰੂਰ ਜਾਊਗਾ, ਪਰ ਆਹ ਚਾਰੇ ਚੀਜ਼ਾਂ ਛੱਡ ਕੇ ਬਾਅਦ ਚ ਬੁੱਝਿਆ ਜਾਊ। ਆਪਾਂ ਆਹ ਗੱਲਾਂ ਨਹੀਂ ਸਮਝ ਆਉਂਦੀ ਛੱਡੇ ਬਿਨਾਂ, ਉਹ ਛੱਡੇ ਬਿਨਾਂ ਗੱਲਾਂ ਨਹੀਂ ਸਮਝ ਆਉਣੀ ਹੈ। ਹਾਂਜੀ, ਸਾਧਕੇ ਸੰਗੀ ਬੁੱਝੇ ਪ੍ਰਭ ਨੇਰਾ, ਹਾਂ
ਮਨ ਨੂੰ ਸਾਧ ਕੇ ਹੀ ਕਿਸੇ ਨੇ ਜਿਹਨੇ ਪੁੱਜਿਆ ਨੇੜੇ ਪੁੱਜੇ ਸਾਧ ਸੰਗੀ ਅਨੇਰਾ ਕੇ ਮੈਂ ਦੱਸ ਧੁੱਪ ਤੋਂ ਸੂਰਜ ਕਿੰਨੀ ਦੂਰ ਹੈ ਦੱਸੋ ਆ ਲਾਈਟ ਤੋਂ ਟਿਊਬ ਕਿੰਨੀ ਦੂਰ ਹੈ ਦੱਸੋ ਕਾ ਕਬੀਰ ਹੱਥ ਪੇ ਦੇ ਰਹੇ ਹੁਣ ਕਹਿ ਦੇਗਾ ਉਹ ਇੰਨਾ ਕੁ ਫਰਕ ਹੈ ਘਰ ਉਂਗਲੀ ਕਿੱਧਰ ਕਰੇਗਾ ਇਹ ਤਾਂ ਹੱਥ ਪੇ ਨੇੜੇ ਹੀ ਹੈ ਦੇਖ ਲੋ ਦੱਸੋ ਕਿੰਨਾ ਕੁ ਫਰਕ ਹੈ ਪੈਦਾ ਹੋ ਗਿਆ ਬੜਾ ਦਾਣਾ ਸੀ ਬੀਜ ਕਿੱਥੇ ਗਿਆ ਕਿੱਥੇ ਕੌਮ ਕਿੱਥੇ ਗਿਆ ਪੱਤੇ ਚ ਹੈ ਨੀ ਜੜ ਚ ਹੈ ਨੀ ਸਭ ਜਗ੍ਹਾ ਉਹ ਕਹਿੰਦੇ ਤੂੰ ਦੱਸ ਕਿੱਥੇ ਨੀ ਬੀਜ ਉਹਨੂੰ ਇਹ ਕਹਾਂਗੇ ਭਾਈ ਤੂੰ ਦੱਸ ਬੀਜ ਕਿੱਥੇ ਨੀ ਜਿੱਥੇ ਬੀਜ ਨੀ ਮੇਰੇ ਚੀਜ਼ ਕਿੱਥੋਂ ਆਈ ਹੈ ਵਾਲਾ ਚਾਹੇ ਛਲਕਾ ਜਿਹਾ ਆਇਆ ਕਿੱਥੋਂ ਫਿਰ ਬੀਜ ਤੇ ਬੀਜਦਾ ਤੇ ਬੀਜੋ ਤਾਂ ਪੈਦਾ ਨਹੀਂ ਹੋਇਆ ਹੈ ਜੇ ਬੀਜ ਚੋਂ ਪੈਦਾ ਹੋਇਆ ਬੀਜ ਦੇ ਵਿੱਚ ਹੀ ਹੈ ਫਿਰ ਉਹ ਚੋਂ ਹੀ ਬਣਿਆ ਹੈ ਰੂਪ ਬਦਲਿਆ ਬੀਜ ਦਾ ਰੂਪ ਜ਼ਰੂਰ ਬਦਲਿਆ ਹਾਂਜੀ ਸਾਧ ਸੰਗੀ ਸਭ ਹੋਦ ਨਿਬੇੜਾ ਸਾਧ ਦੇਖੋ ਇੱਥੇ ਸੰਗੀ ਆ ਗਿਆ ਸਾਧ ਇੱਥੇ ਸੰਗੀ ਹੈ ਜਿਹੜਾ ਸਾਧ ਦੀ ਸੰਗਤ ਕਰਦਾ ਰਹੇ ਦੋ ਅਰਥ ਆ ਜਾਣਗੇ ਇੱਥੇ ਇੱਕ ਤਾਂ ਸਾਧ ਸੰਗੀ ਸੰਗੀ ਨੂੰ ਸਾਧ ਕੇ ਦੇਖ ਲੈ ਇਹ ਅਰਥ ਨਹੀਂ ਬਣ ਰਿਹਾ ਹੋ ਤਾਂ ਨਿਬੇੜਾ ਲਿਆ ਤਾਂ ਸ਼ਰਤ ਨਹੀਂ ਆਈ ਜੇ ਸਾਧ ਸੰਗੀ ਹੁੰਦਾ ਨਾ ਸਾਹ ਦੂਏ ਲੋਟ ਫਿਰ ਵਿੱਚ ਸ਼ਰਤ ਆਉਣੀ ਸੀ ਸਾਧ ਸੰਗੀ ਸਭ ਹੋ ਤਾਂ ਨਿਬੇੜਾ ਸਾਧ ਦੇ ਜੇ ਕੋਈ ਸਾਧ ਹੋਵੇ ਉਹਦੀ ਸੰਗਤ ਕਰਨ ਨਾਲ ਨਿਬੇੜਾ ਹੋ ਜਾਂਦਾ ਤੂੰ ਆਪੇ ਛੱਡ ਦੇਗਾ ਉਹ ਛਡਵਾ ਦੂਗਾ ਤੇਤੇ ਉਹ ਮਦਦ ਕਰਕੇ ਛਡਵਾ ਦੂਗਾ ਤੈਨੂੰ ਰਾਹ ਦੱਸ ਦੂਗਾ ਜ਼ਿਆਦਾ ਛੇਤੀ ਸਭ ਨਿਬੇੜਾ ਹੋਜੂ ਤੇਰਾ ਜਿਹੜਾ ਪੁੰਨ ਪਾਪ ਦਾ ਨਾ ਲੈਣ ਦੇਣ ਦਾ ਤੂੰ ਕਹਿੰਦਾ ਪਿਛਲੇ ਜਨਮਾਂ ਦੇ ਪਾਪ ਨੇ ਸਭ ਨਿਬੇੜਾ ਹੋਜੂਗਾ ਲੇਖਾ ਜੋਖਾ ਸਭ ਠੀਕ ਹੋਜੂਗਾ ਤੂੰ ਉਹਦੀ ਸੰਗਤ ਤਾਂ ਕਰ ਉਹ ਜਿਉਂ ਜਿਉਂ ਸਮਝਾਊਗਾ ਤਾਂ ਹੀ ਨਿਬੇੜਾ ਹੋਊਗਾ ਉਹ ਗਿਆਨ ਨਾਲ ਮੇਲਾ ਹੋਣਾ ਇਹ ਸਾਧ ਦੀ ਸੰਗਤ ਗਿਆਨ ਨਾਲ ਗਿਆਨ ਮਿਲੂਗਾ ਇਹ ਗੱਲ ਹੈ ਹੁਣ ਸੰਗੀ ਸਦੂਗਾ ਹੀ ਸੰਗਤ ਨਾਲ ਸੰਗਤ ਨਾਲ ਮਨ ਸਦੂਗਾ ਨਿਬੇੜਾ ਹੋਜੂਗਾ ਯਾਨੀ ਮਨ ਨਿਬੇੜਾ ਕੀ ਕਿਸੇ ਹੋਰ ਸਾਧੂ ਦੀ ਸੰਗਤ ਕਰਕੇ ਮਨ ਸਾਜੂਗਾ ਨਿਬੇੜਾ ਹੋਜੂ ਸਾਧ ਜਾਣ ਮਨ ਦਾ ਸਾਧਣਾ ਨਿਬੇੜਾ ਹੋ ਗਿਆ ਮਨ ਸਾਧਿਆ ਜਾ ਸਕਦਾ ਹੈ ਮਨ ਸਾਧ ਜਾਊਗਾ ਨਿਬੇੜਾ ਹੋਜੂ ਗੱਲ ਨਿਬੜਜੂ ਹਾਂਜੀ ਸਾਧ ਕੇ ਸੰਗੀ ਪਾਏ ਨਾਮ ਰਤਨ ਪਾਏ ਨਾਮ ਰਤਨ ਨਾਮ ਰਤਨ ਅਤੇ ਉੱਥੇ ਹੀ ਹਨ ਸਾਧ ਦੀ ਸੰਗਤ ਵਿੱਚੋਂ ਨਾਮ ਰਤਨ ਦੀ ਪ੍ਰਾਪਤੀ ਹੈ ਸੰਗੀ ਨੂੰ ਸਾਧ ਕੇ ਆਪਣੇ ਸੰਗੀ ਤੋਂ ਸਾਧਨ ਤੋਂ ਤਾਂ ਪਹਿਲਾਂ ਨਾਮ ਹੋਊ ਤਾਂ ਸੰਗੀ ਸਦੂ ਉਹ ਗਿਆਨ ਵਾਲੇ ਮਨ ਨੂੰ ਸਾਧਣਾ ਇਸ ਕਰਕੇ ਗਿਆਨ ਦੇਣ ਵਾਲੇ ਦੀ ਗੱਲ ਆ ਰਹੀ ਹੈ ਸੰਗ ਦਾ ਮਤਲਬ ਸੰਗਤ ਹੈ ਸੰਗਤ ਮੇਲ ਸਾਧ ਦੀ ਸੰਗਤ ਕਰਨ ਨਾਲ ਗੁਰਸਿੱਖਾਂ ਦੀ ਕਿਰਿਆ ਲੋਟ ਆ ਜਾਂਦੀ ਹੈ ਜਿਵੇਂ ਪੰਜਵੇਂ ਪਾਤਸ਼ਾਹ ਉਸ ਵਕਤ ਸਾਧ ਨੇ ਸਾਧਿਆ ਹੋਇਆ ਮਾਨ ਹੈ ਉਹਨਾਂ ਦਾ ਆਪਣਾ ਉਹ ਕਹਿ ਰਹੇ ਨੇ ਬਈ ਸੰਗਤ ਜਿਹੜੀ ਮੈਂ ਕੀਤੀ ਹੈ ਪਹਿਲਾਂ ਜਿਹੜਾ ਸਾਧਿਆ ਹੋਇਆ ਮਨ ਸੀ ਮੈਂ ਉਹਦੀ ਕੀਤੀ ਹੈ ਲੈਣੇ ਨੇ ਪਹਿਲਾਂ ਮਨ ਸਾਧਿਆ ਤੇ ਨਾਨਕ ਦਾ ਉਹਦੀ ਸੰਗਤ ਕੀਤੀ ਹੈ ਉਹ ਗੱਲ ਦੱਸ ਰਹੇ ਨੇ ਹਿਸਟਰੀ ਦੱਸ ਰਹੇ ਨੇ ਸਟੂਡੈਂਟ ਬਈ ਉਹ ਕਰਕੇ ਦਿਖਾਤਾ ਪੰਜਵੀਂ ਨੂੰ ਉੱਥੋਂ ਬੈਠੇ ਨੇ ਪਿਛਲੀ ਗੱਲ ਕਰ ਰਹੇ ਨੇ ਸਾਧ ਜੇ ਹੁੰਦਾ ਉਹਦੀ ਸੰਗਤ ਵਿੱਚ ਨਿਬੇੜਾ ਹੋ ਜਾਂਦਾ ਛੱਡ ਦਿੰਦਾ ਪਿੱਛੇ ਕੋਈ ਛੱਡਿਆ ਹੋਇਆ ਸਾਬਤ ਕਰੋ ਉੱਧਰ ਹੈਗੇ ਸ੍ਰੀ ਚੰਦ ਲਖਮੀ ਚੰਦ
ਉਹਨਾਂ ਦਾ ਨਵੇੜਾ ਹੋਇਆ ਨਹੀਂ ਨਾ ਦੂਏ ਕਿਸੇ ਦਾ ਕੀਤਾ ਦੂਆ ਦਾ ਪੈਦਾ ਨਹੀਂ ਕੀਤਾ ਉਹਨਾਂ ਨੇ ਦਾਤੂ ਦਾਸੂ ਦੇ ਘਰ ਦੂਆ ਪੈਦਾ ਹੋਏਗਾ ਉਹੀ ਕਹਿੰਦੇ ਨੇ ਸਾਡਾ ਬਾਪ ਦੀ ਅਸੀਂ ਗੁਰੂ ਹਾਂ ਇਹ ਤਾਂ ਆਪ ਨੇ ਇਸ ਲੈਵਲ ਦੇ ਚੱਲ ਆਪ ਤਾਂ ਸੁਣੀ ਹੋਈ ਤੀ ਗੱਲ ਦੂਆ ਕੋਈ ਪੈਦਾ ਕੀਤਾ ਸੰਗੀ ਸੱਦਿਆ ਲੋਭ ਛੱਡਿਆ ਉਹ ਉਹਨਾਂ ਨੂੰ ਵੀ ਕਹਿ ਰਹੇ ਉਹਨਾਂ ਦੀ ਵੀ ਸੰਗਤ ਹੈ ਸੰਗਤ ਉਹਨਾਂ ਦੀ ਵੀ ਹੈ ਸੰਗਤ ਅਸਲੀ ਔਰ ਨਕਲੀ ਸੰਗਤ ਦੀ ਗੱਲ ਕਰ ਰਹੇ ਨੇ ਅਸਲੀ ਸਾਧ ਔਰ ਨਕਲੀ ਸਾਧ ਦੀ ਗੱਲ ਕਰ ਰਹੇ ਨੇ ਸੈਂਟਰ ਉਸ ਵੇਲੇ ਪੰਜ ਨੇ ਸਿੱਖੀ ਦੇ ਪ੍ਰਚਾਰ ਦੇ ਇੱਕ ਬਲਕਿ ਚਾਰ ਨੇ ਕੋਈ ਰਾਮਦਾਸ ਵਾਲਾ ਸੈਂਟਰ ਇਹਨਾਂ ਕੋਲ ਹੈ ਚਾਰ ਨੇ ਉਹਦੇ ਤਿੰਨ ਸੈਂਟਰ ਨੇ ਪਹਿਲੇ ਉਹਨਾਂ ਵੱਲ ਨਾਲ ਇਸ਼ਾਰਾ ਹੁਣ ਹੋਰ ਕਿਸੇ ਨਾਲ ਨਹੀਂ ਕਿਉਂਕਿ ਇਹੀ ਗੁਰਮਤ ਦੇਖੋ ਪਹਿਲਾ ਜਿਹੜਾ ਯੋਗੀਆਂ ਨਾਲ ਗੱਲ ਹੈ ਉਹਨਾਂ ਦੀ ਮਤ ਹੋਰ ਹੈ ਉਹਨਾਂ ਨੂੰ ਇਹ ਮਤ ਦੇਣ ਦੀ ਕੋਸ਼ਿਸ਼ ਕੀਤੀ ਹੈ ਤਿੰਨ ਜਿਹੜੇ ਸੈਂਟਰ ਨੇ ਉਹ ਇਸੇ ਮਤ ਦਾ ਪ੍ਰਚਾਰ ਕਰ ਰਹੇ ਨੇ ਗੁਰਮਤ ਦਾ ਹੀ ਕਰ ਰਹੇ ਨੇ ਪ੍ਰਚਾਰ ਇੱਥੇ ਹੁਣ ਲੋੜ ਪਈ ਇਹ ਗੱਲ ਕਹਿਣ ਦੀ ਤਾਂ ਲੋੜ ਪਈ ਵੀ ਆਹ ਜਿਹੜਾ ਕਾਰਨ ਇਹਨਾਂ ਨੇ ਨਹੀਂ ਕੀਤੇ ਆਪਣਾ ਮਨ ਨਹੀਂ ਸਾਧਿਆ ਜਿਹੜਾ ਕਬੀਰ ਨੇ ਕਿਹਾ ਸੀ ਮਨ ਸਾਧੇ ਸਿੱਧ ਹੋਏ ਤਾਂ ਇਹਨਾਂ ਦਾ ਉਹ ਗਾਂ ਮੂਹੀ ਨਹੀਂ ਚੱਲੀ ਪੈਰਲ ਪ੍ਰਚਾਰ ਦੋ ਤਾਂ ਸ਼ਬਦ ਹੁੰਦੇ ਨੇ ਤਿੰਨ ਨਹੀਂ ਸ਼ਬਦ ਜਿਹੜੇ ਸ਼੍ਰੀ ਚੰਦ ਵਾਲੇ ਤੇ ਪਿਰਥੀ ਚੰਦ ਉੱਥੋਂ ਤਾਂ ਲੱਗਦਾ ਵੀ ਸੰਗਤ ਆਉਂਦੀ ਸੀ ਜਾਂ ਪ੍ਰਚਾਰ ਹੁੰਦਾ ਸੀ ਪਰ ਜਿਹੜੇ ਦਾਤੂ ਦਾਸੂ ਵਾਲੇ ਹੈ ਉਹ ਨਹੀਂ ਕਿਤੇ ਸ਼ਬਦ ਹੁੰਦਾ ਵੀ ਉਹਨਾਂ ਨੇ ਪਿੱਛੇ ਕੋਈ ਉਹ ਹੋਵੇ ਕਿਤੇ ਇਤਿਹਾਸ 'ਚ ਵੀ ਕੋਈ ਹੈ ਹੋਵੇ ਨਾ ਹੋਵੇ ਲੱਤ ਮਾਰਨ ਦਾ ਕਾਰਨ ਉਹਨਾਂ ਦਾ ਪਤਾ ਲੱਗਦਾ ਗੁਰੂ ਕੌਣ ਹੈ ਉਹ ਕੱਲ ਇਹੀ ਇਤਿਹਾਸ ਬਹੁਤ ਹੈ ਉਹਨਾਂ ਨੇ ਗੁਰੂ ਅਮਰਦਾਸ ਦੇ ਲੱਤ ਮਾਰੀ ਕਿਉਂ ਮਾਰੀ ਗੁਰੂ ਬਣਿਆ ਬੈਠਾ ਇਹਦਾ ਮਤਲਬ ਗੁਰੂ ਆਪ ਕਹਾਉਂਦੇ ਸੀ ਪ੍ਰਚਾਰ ਨਹੀਂ ਕਰਦੇ ਹੁਣ ਮੱਥਾ ਟਕਾਉਂਦੇ ਪ੍ਰਚਾਰ ਸਾਬਤ ਹੁੰਦਾ ਤਾਂ ਪਿਰਥੀ ਚੰਦ ਦਾ ਲੱਗਦਾ ਹੈ ਜਿਵੇਂ ਉਦੋਂ ਉੱਥੋਂ ਇਹਦੇ ਚ ਵੀ ਸ਼ਹੀਦ ਬਿਲਾਸ ਭਾਈ ਮਣੀ ਸਿੰਘ ਵਾਲੀ ਚ ਵੀ ਤਿੰਨ ਪੀੜ੍ਹੀਆਂ ਚੱਲੀਆਂ ਨੇ ਗੱਦੀ ਚੱਲੀ ਹੈ ਪ੍ਰਚਾਰ ਹੁੰਦਾ ਰਿਹਾ ਪੋਤੀ ਸਭ ਉੱਥੇ ਸੀਗਾ ਉਹ ਤਾਂ ਪਿਰਥੀ ਚੰਦ ਵਾਲਾ ਜ਼ਿਆਦਾ ਇਹਦਾ ਮਤਲਬ ਜ਼ਿਆਦਾ ਉਹ ਜ਼ਿਆਦਾ ਹਾਈਲਾਈਟ ਹੋਊਗਾ ਸੈਂਟਰ ਕਾਮਯਾਬ ਨੀ ਹੋਏ ਗੱਲ ਕਰਦੇ ਰਹੇ ਕਾਮਯਾਬ ਨੀ ਹੋਏ ਗੱਲ ਕਰਦੇ ਕਾਮਯਾਬ ਨੀ ਹੋਏ ਬਾਹਲੀ ਜ਼ਿਆਦਾ ਪਬਲਿਕ ਨੀ ਜੁੜੀ ਉਹਨਾਂ ਨਾਲ ਨਾ 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 ਪਬਲਿਕ ਐ ਸੀ ਨਾ ਇਹ ਉਹ ਸਾਰੇ ਚਾਰੇ ਇਕੱਠੇ ਰਹੇ ਨੇ ਸਹਿਮਤੀ ਇਕੱਠੀ ਰਹੀ ਹੈ ਉਹਨਾਂ ਦੀ ਕੋਈ ਗੱਲ ਕਰਦੇ ਨੇ ਉਹ ਵਿਰੋਧ ਕਰਦੇ ਨੇ ਉਹਨਾਂ ਨੇ ਪਿਛਲੀ ਮਾਦਾ ਸਰੇ ਪਾਉਣਾ ਸੀ ਉਹ ਚਾਰੇ ਇਕੱਠੇ ਰਹੇ ਨੇ ਦੇਖੋ ਬੌੜੀ ਸਾਹਿਬ ਤੇ ਇਹ ਕਹਿਣਾ ਕਿ ਗੁਰੂ ਅਮਰਦਾਸ ਕਿੱਲੀ ਨੂੰ ਕੇਸ ਬੰਨ ਕੇ ਤਪ ਕਰਦੇ ਰਹੇ ਨੇ ਜਦ ਕਿ ਉਹ ਗੁਰਿਆਈ ਤੋਂ ਬਾਅਦ ਉੱਥੇ ਗਏ ਖਡੂਰ ਸਾਹਿਬ ਨਾ ਉੱਥੇ ਗੋਇੰਦਵਾਲ ਉੱਥੇ ਗੁਰਿਆਈ ਤੋਂ ਪਹਿਲਾਂ ਮਿਲ ਗਈ ਉਹਦੇ ਬਾਅਦ ਤਾਂ ਤਪ ਜਪ ਹੁੰਦਾ ਹੀ ਨਹੀਂ ਗੁਰਿਆਈ ਤੋਂ ਬਾਅਦ ਤਾਂ ਜਪ ਤਪ ਦੋ ਚੀਜ਼ਾਂ ਦੀ ਹੁੰਦੀਆਂ ਉਹ ਜਪ ਤਪ ਤੋਂ ਬਾਅਦ ਤਾਂ ਗੁਰਿਆਈ ਵੀ ਮਿਲ ਗਈ ਉਹ ਤਾਂ ਗਾਂ ਦੀ ਸਟੇਜ 'ਚ ਪਹੁੰਚ ਗਏ ਕਿਹੜੇ ਤਪ ਦੀ ਗੱਲ ਕਰਦੇ ਨੇ ਉਹ ਨਵੇਂ ਪਾਤਸ਼ਾਹ ਨੂੰ ਭੋਰੇ 'ਚ ਬਿਠਾਲਦਾ ਜਾ ਕੇ ਕਿਉਂਕਿ ਮਾਝੇ ਦੇ ਪਿੱਛੇ ਸਭ ਕੁਛ ਇਹ ਕਿਤੇ ਇਹਨਾਂ ਨੇ ਬੇਰੀ ਦੀ ਕਥਾ ਸੁਣਾਤੀ ਅਜੋ ਕਿਤੇ ਉਹ ਬਾਂਹ ਕਰਤੀ ਕਈ ਯੋਜਨ ਦੀ ਸ੍ਰੀ ਚੰਦ ਦੀ ਕਰਾਮਾਤ ਦਿਖਾਤੀ ਇਹਨਾਂ ਨਾਲ ਕਿਤੇ ਉਹ ਗੱਲ ਕੀ ਸੀ ਉਸ ਜਿਹੜੇ ਉੱਚੇ ਮੰਦਰ ਚਵਾਰੇ ਤੇਰੇ ਬੁੱਮ ਦੇ ਉਹਦੀ ਕਥਾ ਕਿਉਂ ਜੋੜੀ ਇਹ ਉਹਦੇ ਨਾਲ ਪੰਜਵੇਂ ਪਾਤਸ਼ਾਹ ਨੂੰ ਕਿਉਂ ਕਿਹਾ ਵੀ ਥੱਲੇ ਬਹਿ ਕੇ ਜਾ ਕੇ ਦੀਵੇ ਦਿਖਾਤਾ ਨਾ ਕਿਉਂ ਜੋੜੀ ਕਥਾ ਇਹ ਸਾਬਤ ਕਰ ਲੂ ਵੀ ਉਹ ਉੱਚੇ ਤੇ ਅਵਸਥਾ ਉਹਨਾਂ ਦੀ ਉੱਚੀ ਸੀ ਇਹ ਵੀ ਬੰਦੇ ਤੇ ਉਹਨਾਂ ਨੂੰ ਗੱਲਾਂ ਦੇ ਵਿੱਚ ਕੀ ਸੀ ਕਿਉਂ ਇਹ ਸਾਖੀ ਹੋਈ ਉਹ ਕਿਹਨੇ ਪੈਦਾ ਕੀਤੀ ਉਹ ਸੁਖਮਣੀ ਕੀ ਕਹਿ ਰਹੀ ਹੈ ਉਹ ਸਾਖੀਆਂ ਕੀ ਕਹਿ ਰਹੀ ਇੱਧਰ ਸੁਖਮਣੀ ਸਾਹਿਬ ਦੀ ਬਾਣੀ ਹੈ ਸਾਡੇ ਕੋਲ ਪੰਜਵੇਂ ਪਾਤਸ਼ਾਹ ਦੀ ਉੱਧਰ ਉਹ ਸਾਖੀ ਹੈ ਇਹਦੇ ਨਾਲ ਲਿੰਕ ਵਿੱਚ ਤਾਂ ਸੀਗੇ ਚਾਰੇ ਪੰਜੇ ਲੱਗਦਾ ਪਿਆ ਉੱਥੋਂ ਤਾਂ ਪਤਾ ਲੱਗਦਾ ਵੀ ਚਾਰੇ ਪੰਜੇ ਤੇ ਜਿਹੜੇ ਸੈਂਟਰ ਨੇ ਲਿੰਕ ਸੀਗੇ ਆਪਸ ਵਿੱਚ ਪੂਰੇ ਹਾਂ ਲਿੰਕ ਸੀ ਨਹੀਂ ਉਹ ਜਿਹੜੀ ਸਾਖੀ ਹੈ ਜਦ ਇਹਨਾਂ ਨੇ ਅਰਥ ਕੀਤੇ ਨੇ ਜਦ ਲਿਆ ਕੇ ਉਹ ਜਮਾੜੀ ਹਾਂ ਬਈ ਉੱਥੇ ਪੋਥੀਆਂ ਉਹਦੇ ਕੋਲ ਸੀ ਕਿਉਂ ਬਈ ਉਸਤ ਕੀਤੀ ਜੇ ਪੋਥੀਆਂ ਸੀਆਂ
ਪੋਥੀਆਂ ਤਾਂ ਉਹ ਸ੍ਰੀ ਚੰਦ ਕੋ ਚਾਹੀਦੀਆਂ ਸੀ, ਉੱਥੇ ਕਾਹਦੇ ਨਹੀਂ ਗਈਆਂ, ਕਿਹੜੀਆਂ ਪੋਥੀਆਂ ਸੀ ਉੱਥੇ। ਕਿਹੜੀ ਪੋਥੀਆਂ ਦੀ ਗੱਲ ਕਰਦੇ ਨੇ ਉੱਥੇ? ਪੋਥੀਆਂ ਤਾਂ ਗੁਰੂ ਘਰ ਹੋ ਰਹੀਆਂ ਨੇ, ਗੁਰਿਆਈ ਵਾਲੇ ਨੂੰ ਪੋਥੀਆਂ ਹੀ ਮਿਲਦੀਆਂ ਸੀ, ਗੁਰਿਆਈ ਜੀ ਮਿਲਦੀਆਂ ਹੀ ਪੋਥੀਆਂ ਸੀ ਜਿਹੜੀਆਂ ਇਹਨਾਂ ਲਕੋਲੀਆਂ ਦੱਸੀਆਂ ਨੇ। ਨਾ ਵੀ ਉਹ ਉਦੋਂ ਖਰੜੇ ਅੱਡ ਅੱਡ ਸੀ ਲੱਗਦਾ, ਮਨ ਕੇ ਵੀ ਇਹਦਾ ਸੰਪਾਦਨ ਨਾ ਪੰਜੋ ਪਾਸ਼ਾ ਨੇ ਕੀਤੀ ਹੈ। ਹਾਂ ਪੋਥੀਆਂ ਜਿਵੇਂ ਅੱਜ ਆ ਸਾਡੇ ਕੋਲ ਦੋ ਪੋਥੀਆਂ ਨੇ, ਗੁਰੂ ਨਾਨਕ ਸਾਨੂੰ ਹੋਮ ਆਉਣ ਦੇ ਬਾਅਦ ਨੇ ਦੋ ਪੋਥੀਆਂ, ਉਦੋਂ ਤਾਂ ਸਾਰੇ ਖਰੜੇ ਅੱਡ ਅੱਡ ਉਹਨਾਂ ਨੇ ਕਬੀਰ ਸਾਹਿਬ ਦੀ ਬਾਣੀ ਜਾਂ ਰਵਦਾਸ ਦੀ ਸਾਰੇ ਅੱਡ ਅੱਡ ਪੋਥੀਆਂ ਨੇ ਸਾਰੀਆਂ ਅੱਡ ਅੱਡ ਦੋ ਪੋਥੀਆਂ ਦਾ ਮਤਲਬ ਹੀ ਨਹੀਂ ਉੱਥੇ ਬਣਦਾ। ਫਿਰ ਕਿਹੜੀ ਪੋਥੀ ਲੈਣ ਗਏ ਤੇ ਗੁਰੂ ਅਮਰਦਾਸ ਦੀ ਬਾਣੀ ਇਕੱਲੀ ਹੋ ਸਕਦੀ ਹੈ ਨਾ ਉੱਥੇ? ਸਾਹਿਬ ਸਿੰਘ ਨੇ ਆਪਣੀ ਪੁਸਤਕ ਜੀ ਲਿਖਿਆ ਹੋਇਆ ਜੀ ਵੀ ਗੁਰੂ ਨਾਨਕ ਜੀ ਨੇ ਭਗਤਾਂ ਦੀ ਬਾਣੀ ਤੇ ਆਪਣੀ ਲਿਖੀ ਹੋਈ ਬਾਣੀ ਅੰਦਰ ਨੂੰ ਅੰਦਰ ਨੂੰ ਦਿੱਤੀ। ਇਹ ਸਾਹਿਬ ਸਿੰਘ ਨੇ ਹਾਂ ਪਤਾ ਮੈਨੂੰ, ਪਤਾ ਮੈਨੂੰ ਇਹ ਸੀ ਦੇਣੀ ਨਹੀਂ, ਮੈਂ ਉਹੀ ਕਹਿਣਾ ਨਹੀਂ ਤਾਂ ਉਹ ਪੋਥੀਆਂ ਫਿਰ ਉਹ ਸ੍ਰੀ ਚੰਦ ਕੋਲ ਨਾ ਰਹਿ ਜਾਂਦੀਆਂ। ਸ੍ਰੀ ਚੰਦ ਦੇ ਮਤਲਬ ਦੀਆਂ ਨਹੀਂ ਸੀ ਉਹ ਪੋਥੀ, ਬਾਅਦ ਦੇ ਵਿੱਚ ਮਜਬੂਰੀ ਸੀ ਸ੍ਰੀ ਚੰਦ ਉਹਨਾਂ ਨੂੰ, ਜਦ ਗੁਰੂ ਗ੍ਰੰਥ ਸਾਹਿਬ ਬਣ ਗਿਆ ਨਾ ਵਜੂ ਚ ਆਇਆ, ਜਦ ਸ੍ਰੀ ਚੰਦ ਉਹਨਾਂ ਨੇ ਇਹਨੂੰ ਪ੍ਰਕਾਸ਼ ਕਰਨ ਲੱਗੇ ਨੇ, ਪਹਿਲਾਂ ਨੀ ਗੁਰਬਾਣੀ ਲੈ ਕੇ ਚੱਲੇ, ਪਹਿਲਾਂ ਸਮਾਧੀਆਂ ਲਾਉਂਦੇ ਰਹੇ ਨੇ ਉਹ। ਇਹ ਤਾਂ ਯਾਦ ਕਰੇ ਨੇ, ਜਦ ਦਸਮ ਪਾਤਸ਼ਾਹ ਨੇ ਨਾਲ ਰੱਖੇ ਨੇ ਨਾ ਇਹ ਉਦਾਸੀ, ਉੱਥੇ ਭਗਾਣੀ ਸਾਹਿਬ ਦੇ ਜੰਗ ਚ ਦੁਬਾਰਾ ਆਏ ਨੇ ਗੁਰੂ ਘਰ ਚ, ਇਹ ਯਾਦ ਲੱਗੇ ਨੇ ਇਹ ਕੰਮ ਕਰਨ, ਪਹਿਲਾਂ ਕਰਦੇ ਤੇ ਪਹਿਲਾਂ ਸਰੀਕ ਰਹੇ ਨੇ, ਜਦ ਇਹ ਗੁਰੂ ਘਰ ਮੰਨ ਕੇ ਜਦ ਇਵੇਂ ਹੋਏ ਨੇ ਉਹ ਰੱਖੇ ਵੀ ਸਾਸਨਾ ਤਾਂ ਹੀ ਸੀ ਵੀ ਗੁਰੂ ਕੌਣ ਨੇ, ਹੁਣ ਕੌਣ ਜੋਗੇ ਹੀ ਨਾ ਰਹਿਣ। ਗੱਦੀ ਉਦੋਂ ਕਿਰਪਾਲ ਦਾਸ ਕੋਲ ਸੀ ਨਾ, ਉਹ ਵੀ ਤਾਂ ਗੁਰੂ ਸੀ, ਇੱਧਰ ਗੱਦੀ ਦਸਮ ਪਾਤਸ਼ਾਹ ਕੋਲ ਸੀ, ਕਿਤੇ ਵੀ ਆ ਕੇ ਜਦ ਉਹ ਸਰੈਂਡਰ ਹੋ ਗਿਆ। ਹਾਂ ਹਾਂ ਕਿਰਪਾਲ ਦਾਸ ਦਾ ਡੇਰਾ ਹੈ ਜਿੱਥੇ ਉਦਾਸੀ ਆਪ ਨਹੀਂ ਬਹਿੰਦੇ ਜਾ ਕੇ, ਆਹੋ ਉੱਥੇ ਉਦਾਸੀ ਨਹੀਂ ਜਾਂਦਾ, ਉੱਥੇ ਜੰਗ ਸਿੰਘ ਬੈਠਾ ਹੈ। ਇਹ ਕਿਰਪਾਲ ਦਾਸ ਉਦਾਸੀਆਂ ਨੂੰ ਵਖਰਿਆ, ਛੱਡ ਗਏ ਭੱਜ ਗਏ ਉਦਾਸੀ ਤਾਂ ਕੱਲਾ ਰਹਿ ਗਿਆ ਜੀ, ਕੱਲਾ ਰਹਿ ਗਿਆ ਫਿਰ ਉਹਨਾਂ ਨੇ ਕੱਲਾ ਕੱਢਿਆ ਹੋਇਆ ਜਾਂਦਾ ਹੀ। ਕੱਢਿਆ ਹੋਇਆ ਉਹਨਾਂ ਨੇ ਜਿਵੇਂ ਫਰੀਦ ਨੂੰ ਮੁਸਲਮਾਨਾਂ ਨੇ ਕੱਢਤਾ, ਕਬੀਰ ਨੂੰ ਮੁਸਲਮਾਨਾਂ ਨੇ ਕੱਢਤਾ, ਸੱਤੇ ਬਲਵੰਡ ਨੂੰ ਮੁਸਲਮਾਨ ਨੇ ਕੱਢਿਆ ਹੋਇਆ ਛੱਕਿਆ ਹੋਇਆ, ਸਦਨ ਦੀ ਗੱਲ ਉਹ ਕਹਿੰਦਾ ਹਮਾਰੇ ਤੋਂ ਬਹੁਤ ਬੜੇ ਬੜੇ ਉਹ ਮਹਾਨ ਆਦਮੀ ਹੈ, ਬੜੀ ਬੜੀ ਹਸਤੀਆਂ ਹੈ, ਇਹ ਤਾਂ ਕੁਛ ਵੀ ਨਹੀਂ ਵਾ ਉਨਕੇ ਮੁਕਾਬਲੇ, ਤੁਸੀਂ ਤਾਂ ਭਾਈ ਉਹਨੂੰ ਮੁਕਾਬਲੇ ਜਿਆਦਾ ਮੰਨਣਾ ਦੇ ਖਿਲਾਫ ਹੈ ਉਹਨਾਂ ਦੀ ਬੇਇੱਜ਼ਤੀ ਹੈ ਜੋ ਕਰਦੇ, ਜੇ ਹੁਣ ਸ੍ਰੀ ਚੰਦ ਨੂੰ ਅਸੀਂ ਕਹੀਏ ਸਾਡਾ ਹੈ ਸਾਡੀ ਬੇਇੱਜ਼ਤੀ ਹੈ, ਉਹ ਕੰਨ ਬੜਾ ਹੀ ਫਿਰਦਾ ਸਾਡਾ ਨੀ ਹੈਗਾ, ਉਹ ਜਿਹਨੇ ਉਹਦੇ ਮੁੰਦਰ ਪਾਈ ਆ ਉਹਨਾਂ ਦਾ ਉਹ ਘਰ ਪੀਰੋਂ ਕੱਲ ਮੁਰੱਟੀਏ, ਜਿਹਦਾ ਚੇਲਾ ਬਣ ਗਿਆ ਉਹਦਾ ਹੀ ਆਪਾਂ ਹੁਣ। ਹਾਂਜੀ ਸਾਧਕੇ ਸੰਗੀ ਪਾਏ ਨਾਮ ਰਤਨ, ਸਾਧਕੇ ਸੰਗੀ ਪਾਏ ਨਾਮ ਰਤਨ, ਜੇ ਸਾਧ ਦੀ ਸੰਗਤ ਕਰ, ਜੇ ਸਾਧ ਕਾਇ ਸੰਗੀ ਹੋਣਾ ਹੁਣ ਇੱਥੇ ਜਿੱਦਣ ਮਨ ਥੋੜਾ ਸਾਧ ਜਾਣਾ ਉਹਦੇ ਨਾਮ ਰਤਨ ਬਾਅਦ ਚ ਮਿਲਣਾ, ਫਿਰ ਨਾ ਪਦਾਰਥ ਉਹ ਜਨਮ ਰਤਨ ਨਾਮ ਰਤਨ, ਜਨਮ ਰਤਨ ਜਿਹਨ ਖਟਿਆ ਇਹ ਨਾਮ ਰਤਨ ਜਨਮ ਰਤਨ ਵਾਲਾ, ਇਹ ਰੰਗ ਬਦਲਦਾ ਨਾ, ਇਹ ਜਿਹੜਾ ਪੇੜ ਹੁੰਦਾ ਉਹ ਹਰਾ ਹੋ ਜਾਂਦਾ, ਆਂਡਾ ਚਿੱਟਾ ਹੁੰਦਾ ਮੁਰਗਾ ਹੋਰੇ ਤਰ੍ਹਾਂ ਦਾ ਨਿਕਲਦਾ ਅੰਦਰੋਂ, ਕਿੰਨੇ ਰੰਗ ਹੁੰਦੇ ਉਹਦੇ, ਉਬਾਰ ਦਾ ਚਿੱਟਾ ਹੀ ਹੁੰਦਾ, ਇਹ ਥੋੜਾ ਬਹੁਤਾ ਪੀਲਾ ਰੰਗ ਹੋਊ, ਇਸ ਕਰਕੇ ਇਹਦਾ ਜਿਹੜਾ ਰੰਗ ਹੈ ਨਾ ਇਹਦਾ ਰੰਗ ਚੜਦਾ ਹੈ ਮਨ ਨੂੰ, ਉਹ ਮਨ ਨੂੰ ਹਿਰਦੇ ਨੂੰ ਰੰਗ ਚੜਦਾ ਤਾਂ ਕਿਤੇ ਜਾ ਕੇ ਉਹ ਮਨ ਦਾ ਕਲੰਕ ਲੈਂਦਾ, ਅਸੀਲਾ ਭਰਮ ਕਾ ਨਾਸ ਹੁੰਦਾ,
ਸਾਧ ਕੇ ਸੰਗ ਜਦ ਮਨ ਸਾਧ ਜਾਂਦਾ ਇਹਦੇ ਨਾਲ ਮਾਇਆ ਦਾ ਮੋਹ ਉਤਰ ਜਾਂਦਾ ਨਾ ਜਦ ਇਹਨੂੰ ਖੁੰਭ ਚੜਦੀ ਹੈ ਇਹ ਤਨ ਮਾਇਆ ਪਾਇਆ ਪਿਆਰੇ ਲੀਤੜਾ ਲੱਭ ਰੰਗਾਏ ਮਾਇਆ ਦਾ ਪਾ ਦੇ ਕੇ ਤੇ ਇਹਨੂੰ ਲੋਭ ਦਾ ਰੰਗ ਚੜਾਇਆ ਉਹ ਲੋਭ ਵਾਲਾ ਪਾ ਇਹਦਾ ਲਾ ਕੇ ਮਾਇਆ ਦਾ ਪਾ ਲਾ ਕੇ ਆ ਸਰੀਰ ਮਾਇਆ ਦਾ ਹੀ ਪਾਏ ਇਹ ਲਾ ਕੇ ਤਾਂ ਨਾਮ ਦਾ ਰੰਗ ਚੜਨਾ ਉਹਨੂੰ ਹੁਣ ਸੰਤੋਖ ਦਾ ਪਾ ਚੜਾਉਣਾ ਪਹਿਲਾਂ ਥੋੜਾ ਗਿਆਨ ਹੈ ਨਾ ਆ ਗਿਆਨ ਦੀ ਲਾ ਕਹਿੰਦੇ ਆਪਾਂ ਲਾਗ ਲਾਤੀ ਗਿਆਨ ਦੀ ਉਹ ਪਹਿਲਾਂ ਆ ਜਿਹੜਾ ਗੁਰਬਾਣੀ ਵਾਲਾ ਗਿਆਨ ਇਹਦੀ ਲਾਗ ਲੱਗਣੀ ਹੈ ਇਹ ਮਾਇਆ ਲੈ ਜਾਣੀ ਹੈ ਇਹਦੇ ਨਾਲ ਸਾਬਣ ਹੈ ਨਾ ਤੇ ਸਾਬਣ ਲਈ ਉਹ ਧੋਏ ਉਹਦੇ ਬਾਅਦ ਇਹਨੂੰ ਰੰਗ ਚੜਨਾ ਉਹ ਰਤਨ ਹੈ ਬਾਅਦ ਦੇ ਵਿੱਚ ਲੋੜ ਹੈ ਉਹਦੀ ਨਾਮ ਰਤਨ ਦੀ ਇਹ ਪਹਿਲਾਂ ਰੰਗ ਕਾਟ ਹੈ ਸਾਬਣ ਐਸ ਨਾਮ ਨੂੰ ਸਾਬਣ ਕਿਹਾ ਮੈਲ ਲਾਉਣ ਵਾਲੇ ਨੂੰ ਉਸ ਨਾਮ ਨੂੰ ਰਤਨ ਕਿਹਾ ਰੰਗ ਚਾੜਨ ਵਾਲੇ ਸਾਧਕੇ ਸੰਗੀ ਇੱਕ ਉੱਪਰ ਯਤਨ ਜਦ ਮਨ ਸੱਜ ਜਾਂਦਾ ਇੱਕ ਹੋ ਜਾਂਦਾ ਬਾਬੇ ਇੱਕ ਦੇ ਜ਼ਿੰਮੇਵਾਰੀ ਹੈ ਫਿਰ ਗਾਹਾਂ ਦਾ ਕੰਮ ਯਤਨ ਉਸ ਨੇ ਕਰਨਾ ਸਿਰ ਘਰ ਬੈਸੋ ਦੋ ਦੇ ਯਤਨ ਨਹੀਂ ਮਨ ਦਾ ਕੋਈ ਯਤਨ ਨਹੀਂ ਫਿਰ ਉੱਥੇ ਮਨ ਦਾ ਕੰਮ ਖਤਮ ਇੱਕ ਹੋ ਗਿਆ ਫਿਰ ਤਾਂ ਵਿੱਚ ਹੀ ਇਹਦੀ ਸ਼ਕਤੀ ਵੀ ਉਹਦੇ ਵਿੱਚ ਹੀ ਹੈ ਇਕੱਠਾ ਯਤਨ ਹੈ ਹੁਣ ਇਹ ਦੋਵਾਂ ਦਾ ਸਾਂਝਾ ਯਤਨ ਹੈ ਸਾਂਝਾ ਨਾ ਕਹੋ ਤੁਸੀਂ ਐ ਕਹਿੰਦੇ ਉਹ ਜਿਹੜੀ ਤੂੰ ਸੰਤਾਂ ਕਹਿ ਬਸ ਸੰਤਾਂ ਤਾਣ ਤੇਰਾ ਤੇਰੀ ਸ਼ਕਤੀ ਸੰਤ ਚ ਸਮਾ ਗਈ ਸੰਤ ਦੀ ਸ਼ਕਤੀ ਵੀ ਸਮਾ ਗਈ ਹੁਣ ਉਹ ਜਿਹੜੀ ਮਾਨਵਤਾ ਦੀ ਸ਼ਕਤੀ ਕੋਈ ਹੋਈ ਹੈ ਉਹਦਾ ਯਤਨ ਹੈ ਤਾਂ ਕਿਤੇ ਨਾਮ ਸੁਣਦਾ ਉੱਪਰ ਯਤਨ ਬੁੱਧੀ ਦਾ ਯਤਨ ਸਾਰਾ ਇੱਕ ਦੇ ਉੱਤੇ ਹੁਣ ਬੁੱਧੀ ਯਤਨ ਕਰ ਰਹੀ ਹੈ ਮਨ ਅਰਜਤ ਇੱਕ ਹੈ ਪਹਿਲਾਂ ਇੱਕ ਕਰ ਲਿਆ ਬੁੱਧੀ ਦੀ ਸ਼ਕਤੀ ਬਣੇ ਨੇ ਦੋਏ ਬੁੱਧ ਬਲ ਬਣ ਹੁਣ ਦੋ ਤੇ ਨਹੀਂ ਮਿਹਨਤ ਕਰਨੀ ਪੈ ਰਹੀ ਉਹਨੂੰ ਦਿੱਕਤ ਹੀ ਯਤਨ ਇੱਕ ਤੋਂ ਆ ਗਈ ਤਾਕਤ ਰੱਸਾ ਦੂਰਾ ਕਰ ਲਿਆ ਜਾਂ ਵੱਡਾ ਦਿੱਤਾ ਡਬਲ ਹੋ ਗਿਆ ਤਾਕਤ ਹੁਣ ਉਹ ਚੀਜ਼ ਕੱਢ ਲੂ ਹੁਣ ਕਾਮਯਾਬੀ ਹੈ ਜਿਹੜੀ ਬੁੱਧ ਬਲ ਜਿਹੜਾ ਹੈਗਾ ਬੁੱਧ ਬਲ ਡਿਵਾਈਡ ਹੁੰਦਾ ਸੀ ਜਿਹੜਾ ਨਾ ਮਨ ਚਿੱਤ ਦਾ ਉਹ ਜਿਹੜਾ ਫੋਕਸ ਨਹੀਂ ਸੀ ਲੱਗਦਾ ਧਿਆਨ ਦੂਏ ਪਾਸੇ ਜਾਂਦਾ ਪੂਰਾ ਜਿਹੜਾ ਸ਼ਬਦ ਵਿਚਾਰ ਚ ਤਾਕਤ ਨਹੀਂ ਸੀ ਲੱਗਦੀ ਉਹ ਲੱਗਣ ਲੱਗੀ ਜੋ ਅੰਦਰ ਆਪਾਂ ਵਿਚਾਰ ਕਰਦੇ ਹਾਂ ਨਾ ਵਿਚਾਰ ਪੂਰਾ ਟਿਕਣ ਲੱਗ ਗਿਆ ਪੂਰੀ ਤਾਕਤ ਨਾਲ ਬੁੱਧੀ ਦੀ ਨਾਲ ਆਪਾਂ ਬਹੁਤ ਹੀ ਗੌਰ ਨਾਲ ਦੇਖਦੇ ਹਾਂ ਕਿਸੇ ਚੀਜ਼ ਨੂੰ ਨਾ ਬਹੁਤ ਹੀ ਗੌਰ ਨਾਲ ਅਤਿਅੰਤ ਗੌਰ ਨਾਲ ਜਦ ਦੇਖਦਾ ਜਦ ਦੁਨੀਆਂ ਭੁੱਲ ਜਾਵੇ ਜੇ ਦੁਨੀਆਂ ਦਾ ਵਿੱਚ ਹਵਾ ਬੁੱਲਾ ਰਹੇ ਨਾ ਨਾਲ ਫਿਰ ਪੂਰੀ ਗੌਰ ਨਹੀਂ ਹੁੰਦੀ ਪੂਰੀ ਗੌਰ ਨਾਲ ਨਹੀਂ ਦੇਖਦਾ ਬੁੱਧ ਬਲ ਵੀ ਵੱਧਦਾ ਰਹੇ ਰੋਜ਼ ਹਾਂ ਇੱਕ ਉੱਪਰ ਯਤਨ ਸਾਧਕੀ ਮਹਿਮਾ ਬਰਨੇ ਉਹ ਕਿਹਾ ਨਾ ਸਤਿਗੁਰ ਤੁਮਰੇ ਕਾਸ ਬਾਰੇ ਸਤਿਗੁਰ ਇੱਕ ਹੈ ਸਤਿਗੁਰ ਆ ਕੇ ਇੱਕ ਹੋ ਜਾਂਦਾ ਨਾ ਇੱਕ ਉੱਪਰ ਯਤਨ ਸਾਧਕੇ ਸੰਗੀ ਇੱਕ ਦੇ ਉੱਤੇ ਯਤਨ ਇੱਕ ਆਪਣਾ ਕੰਮ ਆਪਣੇ ਹੱਥੀ ਆਪਣਾ ਇੱਥੇ ਆ ਕੇ ਆਪਣੇ ਹੱਥੀ ਆਪਣਾ ਆਪੇ ਕਾਸ ਵਾਰ ਹੁੰਦੇ ਜਦ ਗੱਲ ਇੱਕ ਦੇ ਉੱਤੇ ਆਉਂਦੀਆਂ ਨਾ ਮਨ ਅਰਬੁੱਦ ਛੱਡ ਦਿੰਦੇ ਨੇ ਆਪਣਾ ਯਤਨ ਸਾਰਾ ਟੱਬਰ ਇੱਕੋ ਕੰਮ ਮਾਨ ਆਰ ਚਿੱਤ ਆਪਣਾ ਯਤਨ ਛੱਡ ਦਿੰਦੇ ਨੇ ਮਾਨ ਅਰਬੁੱਦ ਪਹਿਲਾਂ ਮਾਨ ਦਾ ਯਤਨ ਕਦੇ ਉਹਦਾ ਉਪਰ ਕਰ ਲਈਏ ਉਹ ਪਾਠ ਕਰਾ ਲਈਏ ਉੱਥੇ ਜਾ ਆਈਏ ਯਤਨ ਹੈ ਨਾ ਉਹ ਵੀ ਇਹ ਮੁੱਕ ਜਾਂਦੇ ਨੇ ਸਾਰੇ ਹੀ ਯਤਨ ਸੇਵਾ ਕਰ ਲਈਏ ਕੋਈ ਲੰਗਰ ਚੌਥੇ ਕੋ ਦੇ ਆਈਏ ਇਹ ਜਿਹੜੇ ਯਤਨ ਨੇ ਮੁੱਕ ਜਾਂਦੇ ਨੇ ਫਿਰ ਕੋਈ ਯਤਨ ਰਹਿ ਜਾਂਦਾ
ਪਤਾ ਵੀ ਇਹ ਤਾਂ ਉਹ ਨੇ ਦੇਣਾ ਕਿਹਨੂੰ ਹੈ ਜੇ ਦੇਣਾ ਵੀ ਉਹ ਕਿਹੜਾ ਮੇਰਾ ਉਹ ਪਹਿਲਾਂ ਜਤਨ ਵਾਸਤੇ ਦਿੰਦਾ ਫਿਰ ਮੇਰਾ ਹੈ ਹੀ ਨਹੀਂ ਜੇ ਦਿੱਤਾ ਤਾਂ ਕੁਛ ਨਹੀਂ ਨਾ ਦਿੱਤਾ ਗਿਆ ਤਾਂ ਕੁਛ ਨਹੀਂ ਫਿਰ ਇਹ ਵੀ ਦਿੱਤਾ ਗਿਆ ਤਾਂ ਕੁਛ ਨਹੀਂ ਉਹ ਜਾਣੀ ਉਹਦੇ ਨਾਲ ਜਿਹੜਾ ਵਹਿਮ ਪੈਦਾ ਹੁੰਦਾ ਨਾ ਧਰਮ ਉਹ ਵਹਿਮ ਪੈਦਾ ਹੋਣ ਤੇ ਹਟ ਜਾਂਦਾ ਉਹਦਾ ਭਰਮ ਪੈਦਾ ਹੋਣਾ ਉਹ ਹਟ ਜਾਂਦਾ ਜੇ ਤਾਂ ਤਾਂ ਵੀ ਕੋਈ ਗੱਲ ਨਹੀਂ ਨਾ ਦਿੱਤਾ ਗਿਆ ਤਾਂ ਵੀ ਕੋਈ ਗੱਲ ਇਹ ਉਹ ਕਹਿੰਦੇ ਜੋ ਮਹਾਰਾਜ ਦੀ ਸਵਾਰੀ ਜੀ ਖੜਾ ਹੋ ਕੇ ਦੁਕਾਨਾਂ ਦੇ ਬਾਹਰ ਨਿਕਲੇ ਜੇ ਨਿਕਲ ਗਿਆ ਤਾਂ ਵੀ ਕੋਈ ਗੱਲ ਨਹੀਂ ਨਾ ਨਿਕਲੇ ਤਾਂ ਵੀ ਕੋਈ ਗੱਲ ਇਹ ਜੇ ਡਰਾਮੇ ਬਾਜ਼ੀਆਂ ਨੇ ਸਾਰੀਆਂ ਇਹ ਡਰਾਮੇ ਨੇ ਇਹ ਡਰਾਮਿਆਂ ਨੇ ਤਾਂ ਸਮਾਂ ਗੁਰਬਾਣੀ ਮੰਨਣ ਤੇ ਅਡਾ ਤੇ ਲੋ ਭੈ ਚੱਕੀ ਗਈ ਅਸਲ ਭੈ ਚੱਕੀ ਸਾਧਕੀ ਮਹਿਮਾ ਬਰਨੇ ਕੌਣ ਪ੍ਰਾਣੀ ਸਾਧਕੀ ਮਹਿਮਾ ਜਿਹੜਾ ਦੇਖੋ ਹੁਣ ਸਾਧਕੀ ਮਹਿਮਾ ਆ ਗਿਆ ਜਦ ਮੈਂ ਕਿਹਾ ਵੀ ਸਾਧ ਦੀ ਗੱਲ ਚੱਲਦੀ ਹੈ ਸਾਧ ਦੀ ਸੰਗਤ ਕਰਨ ਦੀ ਗੱਲ ਚੱਲਦੀ ਉਦੋਂ ਸਾਧੀ ਹੋ ਚੱਲਦੀ ਹੈ ਗੱਲ ਉਦੋਂ ਦੀ ਆ ਗਿਆ ਨਾ ਚਾਰ ਹਾਂ ਨਵਾਂ ਜਦ ਤੋਂ ਪਤਾ ਸ਼ੁਰੂ ਹੋਇਆ ਉਹ ਸਾਧ ਕੇ ਸੰਗੀ ਮੁੱਖੋ ਜਲ ਹੋਤਾ ਹੈ ਸਾਧ ਦੀ ਸੰਗਤ ਨਾਲ ਮੁੱਖੋ ਜਲ ਨਹੀਂ ਹੋਣਾ ਮਨ ਸਾਧੇ ਤੇ ਮੁੱਖੋ ਜਲ ਹੋਣਾ ਉਹ ਗੱਲ ਹੋਰ ਹੈ ਐਂ ਤਾਂ ਫਿਰ ਸਾਧ ਦੀ ਸੰਗਤ ਨਾਲ ਮੁੱਖੋ ਜਲ ਹੋ ਜਾਵੇ ਫਿਰ ਤਾਂ ਆਪ ਨੂੰ ਕੋਈ ਕਰਨ ਦੀ ਲੋੜ ਨਹੀਂ ਉਹ ਇਹ ਹੈ ਕਿ ਇਹ ਕਰਨਾ ਚਾਹੁੰਦਾ ਮੰਨਣਾ ਚਾਹੁੰਦਾ ਸਮਝਣਾ ਚਾਹੁੰਦਾ ਸਮਝਾਉਣ ਵਾਲਾ ਚਾਹੀਦਾ ਪਰ ਆਹ ਗੱਲ ਹੈ ਜਿੰਨਾ ਚਿਰ ਮਨ ਚਾਹੁੰਦਾ ਨਹੀਂ ਪਹਿਲਾਂ ਮਨ ਨੂੰ ਬਣਾਉਣ ਵਾਲੀ ਗੱਲ ਚੱਲਦੀ ਸਾਧ ਕੇ ਸੱਦੀ ਜੇ ਬੱਚਾ ਪੜ੍ਹਨਾ ਚਾਹੁੰਦਾ ਹੀ ਨਹੀਂ ਹੈ ਤਾਂ ਸਕੂਲ 'ਚ ਕਿਸੇ ਚਲਾ ਦਿਓ ਕੋਈ ਫਰਕ ਨਹੀਂ ਪੈਂਦਾ ਜੇ ਉਹ ਚਾਹੁੰਦਾ ਹੈ ਫਿਰ ਭਾਈ ਉਹਨੂੰ ਦੇਖਣਾ ਪਊ ਸਕੂਲ ਵਧੀਆ ਟੀਚਰ ਵਧੀਆ ਚਾਹੀਦਾ ਜਿਹੜਾ ਉਹਨੂੰ ਵਧੀਆ ਪੜ੍ਹਾ ਦੇ ਉਹ ਤਾਂ ਉਹਦੇ ਬਾਅਦ ਦੀ ਗੱਲ ਹੈ ਨਾ ਚਾਹੁੰਦਾ ਫਿਰ ਟੌਪ ਦਾ ਚਾਹੀਦਾ ਫਿਰ ਉਹ ਚਾਹੀਦਾ ਜਿਹੋ ਜਿਹਾ ਉਹਨੂੰ ਆਪਾਂ ਤਾਲੀਮ ਦੇਣੀ ਚਾਹੁੰਦੇ ਹਾਂ ਜੋ ਗਿਆਨ ਦੇਣਾ ਚਾਹੁੰਦੇ ਹਾਂ ਗਾਹਾਂ ਵਾਲੇ ਕੋਲ ਗਿਆਨ ਚਾਹੀਦਾ ਫਿਰ ਸਾਨੂੰ ਵੀ ਸੀਰੀਅਸ ਹੋਣਾ ਪਊਗਾ ਜੋ ਲੈਣ ਵਾਲਾ ਸੀਰੀਅਸ ਹੈ ਤਾਂ ਦੇਣ ਵਾਲਾ ਵੀ ਪੂਰਾ ਚਾਹੀਦਾ ਜੇ ਲੈਣ ਵਾਲਾ ਸੀਰੀਅਸ ਹੈ ਹੀ ਨਹੀਂ ਤਾਂ ਲੈਣ ਵਾਲੇ ਸੀਰੀਅਸ ਨੇ ਤਾਂ ਦੇਣ ਵਾਲਿਆਂ ਕੋਲ ਪੱਲੇ ਕੁਛ ਹੈ ਉੱਥੇ ਉਹਨਾਂ ਦਾ ਵਧੀਆ ਚੱਲਦਾ ਕੰਮ ਹਾਂਜੀ ਸਾਧਕੀ ਮਹਿਮਾ ਬਰਨੇ ਸਾਧਕੀ ਮਹਿਮਾ ਸਾਧ ਦੀ ਵਡਿਆਈ ਸਾਧ ਦਾ ਬੜੱਪਣ ਕੌਣ ਪ੍ਰਾਣੀ ਬਣਨ ਕਰੇ ਕਿਉਂ ਸਾਧ ਕੀ ਮਹਿਮਾ ਨਾਨਕ ਸਾਧ ਕੀ ਮਹਿਮਾ ਬਰਨੇ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਪਰਮ ਮਹੇਸ਼ ਮਾਨੀ ਸਾਧ ਕੀ ਸੋਭਾ ਪਰਮ ਮਹੇਸ਼ ਮਾਨੀ ਸਾਧ ਕਹਿੰਦਾ ਮੇਰੀ ਸੇਵਾ ਦੀ ਸੋਭਾ ਪ੍ਰਭ ਦੀ ਸੋਭਾ ਉਹਦੀ ਉਹਦੇ ਵਿੱਚ ਸਮਾਈ ਹੋਈ ਹੈ ਉਹਦੀ ਏਜ ਦੀ ਉਹ ਕਹਿੰਦਾ ਬੁਲਾਉਂਦਾ ਹੋਗਾ ਬੋਲਦਾ ਪਿਆ ਸੋਭਾ ਉਹਦੀ ਹੋਈ ਹੈ ਲੰਗਰ ਪਕਦਾ ਕਿਤੇ ਉਹਨਾਂ ਨੇ ਕਿਹਾ ਵੀ ਚੱਲ ਬਈ ਇੱਥੇ ਤੂੰ ਲੰਘਿਆ ਜਾਂਦਾ ਇੱਥੇ ਕੋਈ ਆ ਜਾਂਦੇ ਨੇ ਸਾਡੇ ਕੋਲ ਤਾਂ ਘੱਟ ਆਉਂਦੇ ਨੇ ਇੱਥੇ ਤੁਸੀਂ ਵੀ ਰੱਖ ਲਓ ਲੈ ਆਇਆ ਕਰ ਟੋਕਰਾ ਜਿਹੜਾ ਆਉਂਦਾ ਕੋਈ ਚਲੋ ਉਹਨੂੰ ਵਰਤਾਤਾ ਉਹ ਲੰਗਰ ਉਹ ਪਕਾ ਕੇ ਵਰਤਾ ਮੈਂ ਦਿੰਦਾ ਵਰਤਾਉਣ ਵਾਲੀ ਸੋਭਾ ਨਹੀਂ ਸੋਭਾ ਉਹਨਾਂ ਦੀ ਹੈ ਜਿਹੜੇ ਤਿਆਰ ਕਰਕੇ ਭੇਜਣ ਇਹ ਤਾਂ ਕਹੂ ਹੈ ਜੇ ਕੋਈ ਇਹੋ ਜਿਹੀ ਗੱਲ ਹੋਵੇ ਇਹ ਗੱਲ ਹੈ ਉਹਦੀ ਸੋਭਾ ਪ੍ਰਭ ਮਹੇ ਸਮਾਨੀ ਅਸਲ ਚ ਮਨ ਸਾਧ ਹੈ ਹੁਣ ਇਹ ਸਾਧ ਚਿੱਤ ਨਹੀਂ ਹੁੰਦਾ ਸਾਧ ਬਣੇ ਹੁੰਦਾ ਜਿਹੜਾ ਸਾਧ ਹੈ ਉਹੀ ਸਾਧ ਹੈ ਜਿਹੜਾ ਸਾਧ ਹੈ ਉਹੀ ਸਾਧ ਹੈ ਸਦਿਆ ਹੋਇਆ ਮਨ ਸਾਧ ਹੈ ਅਸਲ ਸਦੇ ਹੋਏ ਮਨ ਨੂੰ ਹੀ ਸੋਝੀ ਹੁੰਦੀ ਹੈ ਸਿੱਧੀ ਹੋਏ ਸੋਝੀ ਹੋ ਗਈ ਫਿਰ ਉਹਨੂੰ ਸੋਝੀ ਹੋ ਜਾਂਦੀ ਹੈ ਆਤਮ ਆਪਣਾ ਵੀ ਸਮਝ ਆ ਜਾਂਦੀ ਹੈ ਸਰੀਰ ਦਾ ਆਪਣੇ ਫਰਕ ਦਾ ਪਤਾ ਲੱਗ ਜਾਂਦਾ ਹੈ ਪ੍ਰਾਪ ਦਾ ਵੀ ਪਤਾ ਲੱਗ ਜਾਂਦਾ ਹੈ ਮੇਰੀ ਹੋਂਦ ਕਿੱਥੋਂ ਹੈ ਆਪਣੀ ਜਨਮ ਦਾ ਵੀ ਪਤਾ ਲੱਗ ਜਾਂਦਾ ਹੈ ਫਿਰ ਉਹ ਭੁਲੇਖਾ ਨਹੀਂ ਰਹਿੰਦਾ ਉਹਨੂੰ ਕੋਈ ਇਸ ਕਰਕੇ ਉਹ ਜਦ ਮੈਂ ਨਹੀਂ ਕੁਛ ਹੋ ਨਹੀਂ
ਉਹ ਕਹਿੰਦਾ ਵੀ ਇਹ ਠੀਕ ਹੈ ਬਈ ਛਾਂ ਦੇ ਵਿੱਚੋਂ ਸਾਨੂੰ ਆਰਾਮ ਮਿਲਦਾ ਪਰ ਦਰਖਤ ਦੀ ਗੱਲ ਕਰੋ ਛਾਂ ਦੀ ਕਾਹਦੀ ਕਰਦੇ ਕਿਉਂਕਿ ਦਰਖਤ ਦੀ ਕਰੋਗੇ ਛਾਂ ਦੀ ਕਰੋਗੇ ਦਰਖਤ ਹੋਵੇ ਛਾਉਂਗੇ ਤਾਂ ਆਗੀ ਇਹ ਗੱਲ ਕਬੀਰ ਨੇ ਕਹੀ ਸੀ ਤਰਵਰ ਰੂਪੀ ਰਾਮ ਹੈ ਰਾਮ ਦਾ ਤਰਵਰ ਉਹ ਤਾਂ ਦਰਸ਼ ਹੈ ਸਾਇਆ ਰੂਪੀ ਸਾਧ ਹੈ ਸਾਧ ਤਾਂ ਛਾਉਂਏ ਹੈ ਪੱਤਾ ਪੁੱਤਾ ਨਹੀਂ ਤੋੜ ਸਕਦੇ ਜੇ ਦੱਤ ਲੈਂਦਾ ਬਿਰਚ ਤੋਂ ਲੈ ਲਓ ਫੁੱਲ ਫਲ ਤੋੜਨਾ ਤਾਂ ਬਿਰਚ ਤੋਂ ਟੁੱਟੂਗਾ ਛਾਉਂ ਦਾ ਪੱਤਾ ਤੋੜੀ ਜਾਵੋਗੇ ਤੇ ਉੱਥੋਂ ਕੋ ਨਹੀਂ ਹੈਗਾ ਉਹਦੇ ਕੋਲ ਉਹ ਸਾਇਆ ਰੂਪੀ ਸਾਧ ਹੈ ਇਹ ਠੀਕ ਹੈ ਸਾਨੂੰ ਜਿਹੜੀ ਰਲੀਫ ਛਾਇਆ ਹੀ ਦਿੰਦੀ ਹੈ ਇਹ ਗੱਲ ਠੀਕ ਆਪਣੀ ਜਗ੍ਹਾ ਹੈ ਸਾਇਆ ਹੀ ਰਲੀਫ ਦਿੰਦੀ ਹੈ ਸਾਇਆ ਦਾ ਹੀ ਸੰਪਰਕ ਹੈ ਸਾਡੇ ਨਾਲ ਸੂਰਜ ਦਾ ਸੰਪਰਕ ਦਰਖਤ ਨਾਲ ਹੈ ਉਹ ਮੁਸੀਬਤ ਜਿਹੜੀ ਸੂਰਜ ਘੱਲ ਰਿਹਾ ਉਹਨੂੰ ਦਰਖਤ ਪਿੱਛੇ ਰੋਕੀ ਖੜਾ ਉਹੀ ਖੜਾ ਨਾ ਅਸਲ ਤਾਂ ਦਰਖਤ ਦੀ ਉਹ ਗੱਲ ਹੈ ਸਾਇਆ ਦਾ ਜਿਹੜਾ ਗੁਣ ਹੈ ਉਹ ਦਰਖਤ ਵਿੱਚ ਹੈ ਇਹਦੀ ਸੋਭਾ ਤਾਂ ਦਰਖਤ ਵਿੱਚ ਹੈ ਸਾਇਆ ਮੇਰਾ ਖਿਆਲ ਹੈ ਨੇੜੇ ਦੀ ਗੱਲ ਹੈ ਆਹ ਗੱਲ ਹੈ ਕਬੀਰ ਨੇ ਜਿਹੜੀ ਉੱਥੇ ਕਹੀ ਹੈ ਉਹ ਹੁਣ ਤੁਹਾਨੂੰ ਸ਼ਲੋਕ ਹੁਣ ਖਾਨੇ ਚ ਬੈਠਣੇ ਨੇ ਕਬੀਰ ਦੇ ਆਪਾਂ ਛਾਇਆ ਦਰਖਤ ਨੂੰ ਉਹਨੇ ਸਮਝਾਤੀ ਗੱਲ ਸਾਇਆ ਰੂਪੀ ਸਾਧ ਹੈ ਬਹੁਤ ਵਾਰ ਗੱਲ ਕੀਤੀ ਹੈ ਸਾਇਆ ਦੀ ਵੀ ਦਾਤਣ ਨਹੀਂ ਮਿਲਣੀ ਉਹ ਨਹੀਂ ਮਿਲਣਾ ਪਰ ਆਹ ਗੱਲ ਜਿਹੜੀ ਸੀ ਅੱਜ ਆਈ ਹੈ ਇੱਥੇ ਆ ਕੇ ਗੱਲ ਪ੍ਰਭ ਸਾਧਕੀ ਸੋਭਾ ਪ੍ਰਭ ਮਹੇਸ਼ਵਰ ਸਾਧ ਤਾਂ ਸਾਇਆ ਰੂਪ ਹੈ ਪ੍ਰਭ ਰਾਮ ਹੈ ਪ੍ਰਭ ਹੈ ਅੰਦਰ ਵਾਲਾ